पंजाब च बेमौसमी बारिश कारण हड़ां वर्गे हालात बन चुके ने। बहुत सारे इलाकों के विच इन्नी ज़्यादा मीह पिया, बारिश हुई आ कि लोगों नूं सुरक्षित थावां ते शिफ्ट करना शुरू करता है। NDRP टीमां भी तैनात कर दित्तिया गईआं ने जिला लैवल ते, और मुख्यमंत्री भगवंत मान वल्लों भी सारे डिप्टी कमिश्नर MLA मंत्रियों नूं भी आदेश दित्ते ने कि ग्राउंड च जाके लोगों के हालात पुछे जाण। रोपड़ क्योंकि सतलुज दरिया के कंढे आ, बहुत सारा इलाका प्रभावित भी होया इस मसले दे विच। असीं रोपड़ दे डिप्टी कमिश्नर प्रीति जादव हुणा दे नाल गलबात कीती कि आखिर पूरे जिले दे विच किहो जी स्थिति बनी हुई आ, किन्ने कि लोकां नूं शिफ्ट कीता जा चुका गा, किहो जे प्रबंध कीते गए ने ते हालात की ने। उन्हां पूरे हालात ते उन्हां ने चानणा पाया डिप्टी कमिश्नर प्रीति जादव हुणा ने। ਕੋਈ ਵੀ ਇਸ਼ੂਜ਼ ਆ ਰਹੇ ਹੈ ਉਦਾਂ ਵਾਟਰ ਲੈਵਲ ਹਾਈ ਚੱਲ ਰਹੇ ਹੈ ਤਾਂ ਪ੍ਰੀਕੋਸ਼ਨਰੀ ਅਲਰਟ ਤਾਂ ਜਾਰੀ ਹੈਗਾ ਕਿ ਸਾਰੇ ਕੌਸ਼ਨ ਰਹਿਣ ਬਿਨਾ ਕੰਮ ਤੇ ਬਾਹਰ ਨਾ ਨਿਕਲਣ। ਜੀ ਹਾਂ, ਤੁਸੀਂ ਮੈਂ ਦੇਖਿਆ ਸੀ ਆਪ ਫੀਲਡ ਦੇ ਵਿੱਚ ਸੀ ਸਵੇਰ ਤੋਂ ਸ਼ਾਮ ਤੱਕ, ਤੇ ਹਲੇ ਤੇ ਬੜਾ ਅਰਲੀ ਹੋਏਗਾ ਵੈਸੇ। ਜਿਹੜਾ ਅਗਰ ਪੈਡੀ ਦੀ ਗੱਲ ਕੀਤੀ ਜਾਵੇ ਤੇ ਕਾਫੀ ਨੁਕਸਾਨ ਤਾਂ ਹੋਇਆ ਹੋਣਾ। ਦੇਖੋ ਤਾਂ ਸਾਡੀ ਸੈਕੰਡਰੀ ਤੋਂ ਚੱਲ ਰਹੀ ਹੈਗੀ, ਬਿਕੋਜ਼ ਸਾਡੇ ਤਾਂ ਕਾਫੀ ਬ੍ਰਿਜਸ ਮਾਰਨਿੰਗ ਤੋਂ ਵੀ ਆਰ ਫਾਇਰ ਫਾਈਟਿੰਗ ਕੀ ਬਹੁਤ ਕੁਝ ਅਸੀਂ ਉਸ ਨੂੰ ਰਿਵਰਟ ਕੀਤਾ ਹੈਗਾ। ਆਫੀਸਰ ਸਰਵਰ ਇਨ ਫੀਲਡ ਤਾਂ ਲੱਕੀਲੀ ਕਾਫੀ ਮੈਂਟ ਵੀ ਗਏ ਦੇ ਲਾਈਟ ਲੌਟ ਟੂ ਲਾਈਟ ਵੀ ਇਵੈਕੂਏਸ਼ਨ ਵਗੈਰਾ ਤੇ ਦਾ ਪੈਡੀ ਬਾਅਦ ਚ ਦੇਖਾਂ ਨਹੀਂ ਕੁਝ ਹੋਰ ਅਰਜੈਂਟ ਹੈ ਤਾਂ ਦੱਸ ਸਕਦੇ। ਅੱਛਾ, ਸੈਕੰਡ ਮੈਮ ਜਿਹੜੇ ਬਿਲਕੁਲ ਕੰਡੇ ਤੇ ਪਿੰਡ ਵਗੈਰਾ ਹੈਗੇ ਨੇ ਉਹਨਾਂ ਲੋਕਾਂ ਨੂੰ ਇੱਕ ਪ੍ਰੀਕਾਸ਼ਨ ਦੇ ਤੌਰ ਤੇ ਸ਼ਿਫਟ ਕੀਤਾ ਜਾ ਰਿਹਾ, ਕੋਈ ਇਦਾਂ ਦੀ ਸੰਭਾਵਨਾ ਹੈਗੀ? ਹਾਂਜੀ ਹਾਂਜੀ, ਮੈਂ ਕਿਹਾ ਜਿਹੜੇ ਮੈਨੂੰ ਬਿਲਕੁਲ ਦਰਿਆ ਦੇ ਕੰਢੇ ਪਿੰਡ ਹੈ ਨੇ ਦਰਿਆ ਦੇ ਕੰਢੇ ਵੀ ਜਿੱਥੇ ਜਿੱਥੇ ਸਾਡੇ ਮਾਈਨਰ ਬ੍ਰੀਚਸ ਜਾਂ ਓਵਰਫਲੋ ਹੋ ਰਿਹਾ ਹੈਗਾ ਜੀ, ਉੱਥੇ ਵੀ ਅਸੀਂ ਕਾਫੀ ਥਾਂ ਤੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ, ਜਿੱਥੇ ਨੀਡ ਬਈ ਉੱਥੋਂ ਇਵੈਕੂਏਟ ਵੀ ਕਰਾ ਦਿੱਤੇ। ਅੱਛਾ, ਵੈਸੇ ਲੋਕ ਹਜੇ ਮੂਵ ਤਾਂ ਨਹੀਂ ਕੀਤੇ ਨੇ ਮੈਡਮ ਦੂਜੀ ਸੇਫ ਸੇ? ਹਾਂਜੀ, ਲੋਕਾਂ ਨੇ ਹਲੇ ਮੂਵ ਤਾਂ ਨਹੀਂ ਕੀਤਾ ਜੀ ਹਲੇ। ਮੈਂ ਜਿਹੜੇ ਬਿਲਕੁਲ ਦਰਿਆ ਦੇ ਕੰਢੇ ਪਿੰਡ ਨੇ ਲੋਕਾਂ ਨੇ ਹਲੇ ਮੂਵ ਤਾਂ ਨਹੀਂ ਕੀਤਾ, ਸ਼ਹਿਰ ਵਗੈਰਾ ਚ ਤਾਂ ਨਹੀਂ ਹਲੇ ਸ਼ਿਫਟ ਹੋਏ ਨਾ ਜੀ? ਨਹੀਂ ਨਹੀਂ, ਸ਼ਹਿਰ ਤੇ ਤਾਂ ਨਹੀਂ ਹੋਏ ਹੈਗੇ, ਬਟ ਜਿੱਥੇ ਜ਼ਰੂਰਤ ਸੀਗੀ ਕਈਆਂ ਨੂੰ ਅਸੀਂ ਸ਼ਿਫਟ ਕਰਾ ਦਿੱਤਾ ਹੈਗਾ। ਬਿਲਕੁਲ ਦਰਿਆ ਦੇ ਕੰਢੇ ਤੇ ਕੁਛ ਦਰਿਆ ਦੇ ਕੰਢੇ ਦੇ ਤਾਂ ਸਾਡਾ ਪੂਰਾ ਰੂਟ ਉੱਥੜੀ ਪੈਂਦਾ ਹੈਗਾ ਆਲਮੋਸਟ, ਪਰ ਜਿੱਥੇ ਜਿੱਥੇ ਓਵਰਫਲੋ ਹੋ ਕੇ ਵੀ ਬ੍ਰੀਚਸ ਦੇ ਚਾਂਸਸ ਹੈਗੇ ਉੱਥੋਂ ਸ਼ਿਫਟ ਕਰਾ ਰਹੇ ਹਾਂ। ਮੈਂ ਇਸ ਤਰ੍ਹਾਂ ਦੀ ਕੋਈ ਗੇਟ ਖੁੱਲਣ ਦੀ ਸੰਭਾਵਨਾ ਤਾਂ ਨਹੀਂ ਹੈਗੀ ਜਿਸ ਤਰ੍ਹਾਂ ਡੈਮ ਉੱਥੋਂ ਰੋਪੜ ਤੋਂ? ਨਹੀਂ 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 ਨਹੀਂ, ਉਹ ਮੇਜਰਡ ਫਲੋ ਜਿਹੜਾ ਹੈਗਾ ਉਹ ਅਸੀਂ ਕਰ ਰਹੇ ਹਾਂ, ਬਟ ਨਾਟ ਮੋਰ। ਅਗਰ ਮੌਸਮ ਵਿਭਾਗ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਕਿ 13 ਤਰੀਕ ਤੱਕ ਬਾਰਿਸ਼ ਇਸ ਤਰ੍ਹਾਂ ਹੀ ਹੁੰਦੀ ਰਹੇਗੀ ਔਰ ਕਾਫੀ ਪ੍ਰਭਾਵਿਤ ਕਰੇਗੀ ਇਹ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਹੈ, ਕਿਉਂਕਿ ਬਹੁਤ ਸਾਰੇ ਜਗ੍ਹਾ ਪ੍ਰਭਾਵਿਤ ਹੋ ਚੁੱਕੇ ਨੇ, ਖਾਸ ਕਰਕੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸ਼ਹਿਰ 'ਚ ਜਾਂ ਹੋਰ ਸੁਰੱਖਿਅਤ ਥਾਵਾਂ 'ਤੇ ਆਉਣੇ ਸ਼ੁਰੂ ਹੋ ਚੁੱਕੇ ਨੇ। ਨਾਲ ਦੇ ਨਾਲ ਜਿਹੜੇ ਉਹਨਾਂ ਘਰਾਂ ਦੇ ਵਿੱਚ ਡੰਗਰ ਰੱਖੇ ਨੇ ਉਹਨਾਂ ਨੂੰ ਵੀ ਸ਼ਿਫਟ ਕਰਨਾ ਬੜਾ ਔਖਾ ਹੋਇਆ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਨੇ, ਲੇਕਿਨ ਲਗਾਤਾਰ ਬਾਰਿਸ਼ ਔਰ ਖਾਸ ਕਰਕੇ ਪਹਾੜਾਂ 'ਚ ਪੈ ਰਹੀ ਬਾਰਿਸ਼ ਔਰ ਗੇਟ ਵੀ ਖੋਲ੍ਹੇ ਜਾ ਰਹੇ ਨੇ, ਜਿਸ ਕਰਕੇ ਜਿਹੜੀ ਸਥਿਤੀ ਆ ਕਾਫੀ ਤਣਾਅ ਵਾਲੀ ਬਣੀ ਹੋਈ ਹੈ। ਲੇਕਿਨ ਨਾਲ ਦੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਅਜਿਹਾ ਪੈਣਕ ਜਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ, ਪੂਰੀ ਤਰ੍ਹਾਂ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ। ਇਸ ਤਰ੍ਹਾਂ ਹੋਰ ਜ਼ਿਲ੍ਹਿਆਂ ਦੀ ਵੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਕਿ ਆਖਿਰ ਪੂਰੇ ਪੰਜਾਬ 'ਚ ਜਿਹੜੀ ਸਥਿਤੀ ਹੜ੍ਹਾਂ ਵਰਗੀ ਬਣਗੀ ਉਹ ਕਿਹੋ ਜਿਹੇ ਨੇ ਔਰ ਕਿਹੋ ਜਿਹੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਨੇ। ਫਿਲਹਾਲ ਤੁਸੀਂ ਬਣੇ ਰਹੋ, ਦੇਖਦੇ ਰਹੋ ABC ਪੰਜਾਬ। ਧੰਨਵਾਦ।